अस्सलाम वालेकुम सज्जनों बेलियों ते मित्रों की हाल है तुहाडा। अज तुहानू लियाए असीं एक अहम शख्सियत दे नाल मिलाण वास्ते जिहड़े कि पंजाबी फिल्मां दे पंजाबी फिल्म इंडस्ट्री दे रूहे रवां ने, लिखारी ने, बड़े वड्डे प्रोड्यूसर ने, हदायतकार एंड ऑफ मौला जट ते जिहड़ी पुरानी मौला जट सी उह वी उहनां लिखी सी। ते आईए गलबात करने आ नासर अदीब साहब नाल। अस्सलाम वालेकुम नासर साहब, की हाल है तुहाडा? फिल्म बारे ਕਿੰਨਾ ਕੋਈ ਇੰਪੈਕਟ ਹੋਏਗਾ ਪਾਕਿਸਤਾਨੀ ਫਿਲਮ ਇੰਡਸਟਰੀ ਦਾ ਦੇ ਉੱਤੇ ਇਸ ਫਿਲਮ ਦਾ? ਫਿਲਮ ਵੱਡੇ ਬਜਟ ਨਾਲ ਨਹੀਂ ਬਣਦੀ, ਫਿਲਮ ਵੱਡੇ ਜ਼ਹਿਨ ਨਾਲ ਬਣਦੀ। ਕੋਈ ਜ਼ਰੂਰੀ ਨਹੀਂ ਕਿ ਵਜੇ ਵੱਡੇ ਬਜਟ ਦੀ ਬਣੀ ਫਿਲਮ ਜਿਹੜੀ ਉਹ ਪਬਲਿਕ ਦੇ ਉੱਤੇ ਪਤਾ ਨਹੀਂ ਕੀ ਕਰ ਦੇਗੀ। ਅਗਰ ਵਜੇ ਵੱਡੇ ਬਜਟ ਦੀ ਇਸ ਤਰ੍ਹਾਂ ਫਿਲਮਾਂ ਹੁੰਦੀਆਂ ਤਾਂ ਕਲਪਿਤਰਾ ਇੱਕ ਫਿਲਮ ਬਣੀ ਸੀ, ਦੂਸਰਾ ਸ਼ੋਅ ਨਹੀਂ ਸੀ ਚੱਲੀ। ਇਸ ਫਿਲਮ ਦੇ ਬਾਰੇ 'ਚ ਮੈਂ ਸਿਰਫ ਇੰਨਾ ਕਹਿ ਸਕਦਾ ਕਿ ਇਸ ਦੇ ਸਾਹਮਣੇ ਇੱਕ ਕੰਪੀਟੀਸ਼ਨ ਤਾਂ ਹੈ ਮੌਲਾ ਜੱਟ ਜਿਹੜੀ ਪਹਿਲੇ ਬਣ ਚੁੱਕੀ, ਦੂਸਰਾ ਕੰਪੀਟੀਸ਼ਨ ਦੇ ਸਾਹਮਣੇ ਉਹ ਐਕਟਰ ਨੇ ਜਿਹੜੇ ਇਸ ਦੇ ਵਿੱਚ ਪਹਿਲੀ ਮੌਲਾ ਜੱਟ 'ਚ ਕੰਮ ਕਰ ਚੁੱਕੇ ਨੇ ਔਰ ਜਿਨ੍ਹਾਂ ਨੇ ਅਖੀਰ ਕੀਤੀ ਔਰ ਲਕੀਰਾਂ ਫੇਰੀਆਂ ਨੇ। ਤੀਸਰਾ ਜਿਹੜਾ ਕੰਪੀਟੀਸ਼ਨ ਹੈਗਾ ਉਹਨਾਂ ਆਈਡੀਅਸ ਦੇ ਨਾਲ ਜਿਹੜੇ ਸੁਲਤਾਨ ਰਾਏ ਅਤੇ ਮੁਸਤਫਾ ਕੁਰੈਸ਼ੀ ਦੇ ਫੈਨ ਸਨ ਔਰ ਜ਼ਹਿਨੀ ਤੌਰ 'ਤੇ ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਕੋਈ ਉਹਨਾਂ ਦੀ ਪਰਫਾਰਮੈਂਸ ਨੂੰ, ਉਹਨਾਂ ਦੀ ਡਾਇਲਾਗ ਡਿਲੀਵਰੀ ਨੂੰ, ਉਹਨਾਂ ਦੀ ਕਾਰਕਰਦਗੀ ਤੱਕ ਕੋਈ ਪਹੁੰਚ ਸਕਦਾ। ਲੇਕਿਨ ਇਸ ਦੇ ਬਾਵਜੂਦ ਮੈਂ ਤੁਹਾਨੂੰ ਗੱਲ ਕਰਨਾ ਕਿ ਇੱਕ ਮਾਮੂਲੀ ਲਾਈਟ ਮੈਨ ਤੋਂ ਲੈ ਕੇ ਡਾਇਰੈਕਟਰ ਤੱਕ ਔਰ ਹਰ ਟੈਕਨੀਸ਼ੀਅਨ ਨੇ ਇਸ ਫਿਲਮ 'ਚ ਦੀ ਬੈਸਟ ਦਿੱਤਾ ਹੈ ਔਰ ਉਹ ਵੇਖਣ ਤੋਂ ਬਾਅਦ ਨਜ਼ਰ ਵੀ ਆਇਆ ਕਿ ਹਰ ਇੱਕ ਨੇ ਦੀ ਬੈਸਟ ਦਿੱਤਾ ਹੈ। ਅਤੇ ਮੇਰਾ ਈਮਾਨ ਹੈ ਕਿ ਇਹ ਫਿਲਮ ਜਿਹੜੀ ਜਿਸ ਤਰ੍ਹਾਂ ਮੇਰੀ ਮੌਲਾ ਜੱਟ ਨੇ ਇੱਕ ਤਾਰੀਖ ਲਿਖੀ, ਉਸ ਤਰ੍ਹਾਂ ਇਹ ਜਿਹੜੀ ਫਿਲਮ ਹੈ ਇਹ ਤਾਰੀਖ ਨੂੰ ਇੱਕ ਨਵਾਂ ਮੋੜ ਦੇਵੇਗੀ। ਤੁਸੀਂ ਕਿਹਾ ਜੀ ਨਵਾਂ ਮੋੜ ਦੇਵੇਗੀ, ਜੀ ਇਹਦੇ ਵਿੱਚ ਨਵਾਂ ਮੋੜ ਮੌਲਾ ਜੱਟ ਦੇਵੇਗਾ ਜਾਂ ਨੂਰੀ ਨੱਥ ਦੇਵੇਗਾ? ਨਹੀਂ, ਇਹਦੇ ਵਿੱਚ ਕੋਈ ਐਕਟਰ ਇੰਡੀਵਿਜੁਅਲੀ ਤੁਸੀਂ ਨਹੀਂ ਕਹਿ ਸਕਦੇ ਕਿ ਉਹ ਕੀ ਕਰੇਗਾ। ਦੇਖੋ ਜਿਸ ਵੇਲੇ ਮੌਲਾ ਜੱਟ ਲੱਗੀ ਸੀ ਤੇ ਲੋਕ ਸਭ ਤੋਂ ਪਹਿਲੇ ਜਿਸ ਆਦਮੀ ਨੂੰ ਲੈ ਕੇ ਬਾਹਰ ਨਿਕਲੇ ਸਨ ਉਹ ਨਾਸਰ ਅਦੀਬ ਸੀ, ਉਹਦੇ ਮਕਾਲਮੇ ਨੂੰ ਯਾਦ ਲੈ ਕਰਦੇ ਜਾਂ ਬਾਹਰ ਨਿਕਲੇ ਸਨ। ਦੂਸਰੇ ਨੰਬਰ ਤੱਕ ਲੋਕਾਂ ਨੇ ਡਾਇਰੈਕਟਰ ਨੂੰ ਯਾਦ ਕੀਤਾ ਸੀ, ਤੀਸਰੇ ਨੰਬਰ ਤੱਕ ਐਕਟਰ ਆਏ ਸਨ। ਇਹ ਜਿਹੜੀ ਫਿਲਮ ਹੈ ਇਸ ਦੇ ਬਾਰੇ 'ਚ ਹੁਣ ਪਹਿਲ ਕੌਣ ਕਰਦਾ? ਲੋਕ ਕਿਹਨੂੰ ਲੈ ਕੇ ਆਉਂਦੇ ਨੇ? ਡਾਇਰੈਕਟਰ ਨੂੰ ਲੈ ਕੇ ਆਉਂਦੇ ਨੇ, ਐਕਟਰ ਦੀ ਪਰਫਾਰਮੈਂਸ ਨੂੰ ਲੈ ਕੇ ਆਉਂਦੇ ਨੇ, ਰਾਈਟਰ ਨੂੰ ਲੈ ਕੇ ਆਉਂਦੇ ਨੇ। ਇਹ ਅੱਲਾਹ ਤਾਲਾ ਦੇ ਹੱਥ 'ਚ, ਸਿਰਫ ਇਨਸਾਨ ਦੇ ਵਾਸਤੇ 'ਚ ਮਿਹਨਤ ਹੈ। ਕੋਈ ਸ਼ੋਹਰਤ ਦਾ ਜਿਹੜਾ ਕੋਈ ਪੇਸ਼ੀਨ ਕੋਈ ਨਹੀਂ ਕਰਦਾ, ਜਿਹਦੇ ਸਿਰ ਤੇ ਪੈਂਦਾ ਕੋਈ ਪਤਾ ਨਹੀਂ, ਕੋਈ ਪਤਾ ਨਹੀਂ, ਇਹ ਰੱਬ ਦੀ ਜ਼ਾਤ ਹੈ ਜਿਹਨੂੰ ਚਾਹੇ। ਤੁਹਾਨੂੰ ਪਰਫਾਰਮੈਂਸ ਕੀ ਲੱਗਦੀ ਹੈ ਕਿ ਕਦੀ ਕਦੇ ਜਿਵੇਂ ਸ਼ੋਲੇ ਫਿਲਮ ਸੀ, ਉਹਦੇ ਜੇ ਹੀਰੋ ਦੀ ਬਜਾਏ ਵਿਲਨ ਮਸ਼ਹੂਰ ਹੋ ਗਿਆ ਸੀ, ਇਹਦੀ ਵੀ ਇੰਝ ਹੋ ਸਕਦਾ ਕਿ ਮੌਲਾ ਜੱਟ ਦੀ ਬਜਾਏ ਨੂਰੀ ਨੱਥ ਯਾਨੀ ਹਮਦਾ ਵਾਲੀ ਬਾਸੀ ਨੇ ਜਿਹੜਾ ਕਿਰਦਾਰ ਅਦਾ ਕੀਤਾ ਉਹ ਜ਼ਿਆਦਾ ਪਾਪੂਲਰ ਹੋ ਜੇ, ਉਹ ਲੋਕੀ ਹੱਦ ਕਰ ਇੰਪੈਕਟ ਜ਼ਿਆਦਾ ਦੇ ਰਿਹਾ। ਗੱਲ ਇਹ ਕਿ ਉਹ ਜਿਹੜੀ ਫਿਲਮ ਮੌਲਾ ਜੱਟ ਪਹਿਲੀ ਸੀ ਉਹਦੀ ਮੈਂ ਬੇਸ ਹੀ ਵਿਲਨ ਤੇ ਰੱਖੀ ਸੀ, ਇਹ ਜਿਹੜੀ ਫਿਲਮ ਇਹਦੀ ਬੇਸ ਵੀ ਵਿਲਨ ਤੇ ਨੇ। ਹੁਣ ਇਹਦਾ ਫੈਸਲਾ ਪਬਲਿਕ ਨੇ ਕਰਨਾ ਕਿ ਉਹ ਤਾਂ ਨੂਰੀ ਨੱਥ ਨੇ ਉਹਨਾਂ ਦੀ ਤਵਕਾਤ 'ਤੇ ਪੂਰਾ ਉਤਰਿਆ, ਆਇਆ ਹਮਜ਼ਾ ਬਾਸੀ ਪੂਰਾ ਉਤਰਿਆ, ਅਗਰ ਪੂਰਾ ਉਤਰੇਗਾ ਤਾਂ ਬੇੜੇ ਪਾਰ ਨੇ। ਅਤੇ ਇਸ ਤੋਂ ਇਲਾਵਾ ਵੀ ਸਾਨੂੰ ਕਿਰਦਾਰ ਨਜ਼ਰ ਆਏ ਔਰ ਐਸੇ ਮੁੰਡੇ ਨਜ਼ਰ ਆਏ ਇਸ ਫਿਲਮ ਜਿਨ੍ਹਾਂ ਨੇ ਰਾਖ ਸਾਹਿਬ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਹੀਂ ਹੈਗੀ ਲੇਕਿਨ ਉਹਨਾਂ ਨੇ ਫਿਰ ਵੀ ਪੰਜਾਬੀ ਬੋਲੀ, ਉਹਦੀ ਤਲਫਜ਼ ਦਾ ਲਹਿਜੇ ਦਾ ਕੋਈ ਨਾ ਕੋਈ ਫਰਕ ਸਾਨੂੰ ਮਹਿਸੂਸ ਹੋਇਆ। ਤੁਹਾਨੂੰ ਮੈਂ ਮਾਖਾ ਵੀ ਇਹ ਹੋਰ ਮੁੰਡੇ ਵੀ ਨੇ, ਫਿਰ ਅਲੀ ਅਜ਼ਮ ਨੇ ਬੜਾ ਅੱਛੇ ਡਾਇਲਾਗ ਬੋਲੇ ਕਿ ਇਸ ਮੈਦਾਨ ਦਾ ਫੈਸਲਾ ਤੂੰ ਹੁਣ ਮੌਲਾ ਹੀ ਕਰੇਗਾ, ਸ਼ਫਰ ਚੀਮੇ ਨੇ ਬੜੇ ਸੋਹਣੇ ਡਾਇਲਾਗ ਬੋਲੇ। ਤੇ ਨਵੇਂ ਮੁੰਡੇ ਤੁਹਾਨੂੰ ਕਿਹਨੇ ਕਿਹੜਾ ਲੱਗਾ ਜਿਨ੍ਹਾਂ ਨੇ ਅੱਛੇ ਡਾਇਲਾਗ ਬੋਲੇ ਨੇ, ਪੰਜਾਬੀ ਲਹਿਜਾ ਅੱਛਾ ਪੀਕ ਕੀਤਾ? ਮੈਂ ਸਮਝਦਾ ਕਿ ਇਹਨਾਂ ਲੋਕਾਂ ਦੀ ਇਹ ਬਹੁਤ ਵੱਡੀ ਕਾਰਕਰਦਗੀ, ਬਹੁਤ ਵੱਡਾ ਮਾਰਕ ਉਹਨਾਂ ਨੇ ਮਾਰਿਆ ਕਿ ਨਾ ਜਿਹੜਾ ਪ੍ਰੋਡਿਊਸਰ ਹੈ ਉਹਨੂੰ ਪੰਜਾਬੀ ਆਉਂਦੀ, ਨਾ ਡਾਇਰੈਕਟਰ ਪੰਜਾਬੀ ਆਉਂਦੀ, ਨਾ ਉਹਨਾਂ ਦੇ ਕਿਸੇ ਸਟਾਫ ਦੇ ਬੰਦੇ ਨੂੰ ਪੰਜਾਬੀ ਆਉਂਦੀ। ਸ਼ਫਕਤ ਚੀਮਾ, ਨਯਰ ਏਜਾਜ਼, ਰੇਸ਼ਮ ਅਤੇ ਬਾਬਰ ਅਤੇ ਹਮਜ਼ਾ ਬਾਸੀ, ਇਹ ਪੰਜ ਬੰਦੇ ਸਨ ਜਿਹਨਾਂ ਨੂੰ ਪੰਜਾਬੀ ਆਉਂਦੀ ਸੀ, ਠੀਕ ਹੈ। ਉਸ ਤੋਂ ਇਲਾਵਾ ਕਿਸੇ ਨਹੀਂ ਸੀ ਆਉਂਦੇ, ਉਹਨਾਂ ਨੇ ਮੇਰੀ ਰਿਕਾਰਡਿੰਗ ਸੁਣ ਸੁਣ ਕੇ ਅਤੇ ਯਾਦ ਕੀਤਾ ਔਰ ਤੁਸੀਂ ਯਕੀਨ ਕਰੋ ਕਿ ਜਿਸ ਉਹਨਾਂ ਨੇ ਪੰਜਾਬੀ ਬੋਲੀ ਤਾਂ ਇਹ ਲੱਗਾ ਨਹੀਂ ਕਿ ਉਰਦੂ ਦੇ ਐਕਟਰ, ਤੁਹਾਨੂੰ ਇੰਝ ਲੱਗੇਗਾ ਕਿ ਇਹ ਪੰਜਾਬੀ ਬਣਾਉਂਦੇ ਰਹੇ ਨੇ ਫਿਲਮਾਂ ਔਰ ਪੰਜਾਬੀ ਵਿੱਚ ਹੀ ਕੰਮ ਕਰਦੇ ਰਹੇ ਨੇ। ਅਤੇ ਬਿਲਾਲ ਇਸ਼ਾਰੀ ਨਾਲ ਤੁਹਾਡੀ ਕੋਆਰਡੀਨੇਸ਼ਨ ਕੈਸੀ ਰਹੀ? ਜਿਹੜੇ ਹਦਾਇਤਕਾਰ ਸਨ ਉਹ ਖੁਦ ਵੀ ਪੰਜਾਬੀ ਬੋਲ ਲੈਂਦੇ ਨੇ? ਪੰਜਾਬੀ ਬੋਲ ਲੈਂਦੇ ਨੇ, ਪੰਜਾਬੀ ਹਾਂਜੀ ਪੰਜਾਬੀ ਸਮਝ ਵੀ ਲੈਂਦੇ ਨੇ, ਲੇਕਿਨ ਇਤਫਾਕ ਜਿਹੜੇ ਅੱਜ ਦੀ ਨਸਲ ਹੈ ਜਿਹਨਾਂ ਸਕੂਲਾਂ ਕਾਲਜਾਂ 'ਚ ਪੜ੍ਹੇ ਉੱਥੇ ਇੰਗਲਿਸ਼ ਮੀਡੀਅਮ ਸਕੂਲ ਹੁੰਦੇ ਨੇ, ਈਵਨ ਉਰਦੂ ਨਹੀਂ ਆਉਂਦੀ ਉਹਨਾਂ ਨੂੰ, ਉਰਦੂ ਵੀ ਨਹੀਂ ਆਉਂਦੀ ਉਸ ਨੂੰ, ਪੰਜਾਬੀ ਵੀ ਨਹੀਂ ਪੜ੍ਹ ਸਕਦਾ, ਲਿਖ ਵੀ ਸਕਦਾ, ਲੇਕਿਨ ਇਹ ਵੇ ਕਿ ਸਮਝ ਲੈਂਦਾ। ਅਤੇ ਜਿੱਥੇ ਉਸਨੂੰ ਕੋਈ ਮੁਸ਼ਕਿਲ ਪੇਸ਼ ਆਈਏ ਜਾਂ ਕਿਸੇ ਐਕਟਰ ਨੂੰ ਪੇਸ਼ ਆਈਏ ਮੁਸ਼ਕਿਲ, ਤਾਂ ਉਹਨਾਂ ਨੇ ਮੈਨੂੰ ਫੋਨ 'ਤੇ ਪੁੱਛ ਲਿਆ ਔਰ ਮੈਂ ਉਹ ਮਸਲਾ ਹੱਲ ਕਰ ਦਿੱਤਾ। ਅਤੇ ਇਸ ਤੋਂ ਇਲਾਵਾ ਜਿਹੜੇ ਕੁੜੀਆਂ ਨੇ ਕੰਮ ਕੀਤਾ ਇਹਦੇ ਵਿੱਚ, ਮਹੀਰਾ ਨੇ ਕੰਮ ਕੀਤਾ, ਦੂਸਰੀ ਕੁੜੀ ਨੇ ਕੰਮ ਕੀਤਾ, ਮਲਿਕ ਨੇ,
ਦੇਖਿਆ ਜੀ ਮਾਇਰਾ ਖਾਨ ਜਿਹਨੇ ਮੁੱਖ ਰੋਲ ਅਦਾ ਕੀਤਾ ਉਹ ਲੋਕਾਂ ਨੂੰ ਅਜੇ ਕੁਛ ਨਜ਼ਰ ਨਹੀਂ ਆ ਰਹੀ ਇਸ ਵਾਸਤੇ ਕਿ ਜਿਹੜਾ ਟ੍ਰੇਲਰ ਚੱਲਿਆ ਉਸਦੇ ਵਿੱਚ ਉਹਦੇ ਸ਼ਾਟ ਵੀ ਘੱਟ ਨੇ ਅਤੇ ਉਹਦੇ ਵਿੱਚ ਕੋਈ ਗਾਣਾ ਵੀ ਨਹੀਂ ਮਾਇਰਾ ਖਾਨ ਦਾ ਲੇਕਿਨ ਜਿਸ ਮਾਇਰਾ ਖਾਨ ਨੂੰ ਸਕਰੀਨ 'ਤੇ ਵੇਖਣਗੇ ਤਾਂ ਉਹਦੇ ਬਾਰੇ 'ਚ ਮੇਰਾ ਪਹਿਲਾ ਤਬਸਰਾ ਹੈ ਕਿ ਇਹ ਉਹ ਫਾਈਟਰ ਲੜਕੀ ਹੈ ਜਿਹੜੀ ਬਗੈਰ ਔਜ਼ਾਰ ਦੇ ਜੰਗ ਜਿੱਤ ਸਕਦੀ ਔਰ ਉਹ ਜਿੱਤੇਗੀ ਉਹਨੇ ਉਹਦੇ ਕੋਲ ਜਿਹੜੀ ਐਕਸਪੈਕਟੇਸ਼ਨ ਹੈ ਨਾ ਪਬਲਿਕ ਨੂੰ ਉਹ ਇੱਕ ਸੀਨ ਪੂਰੇ ਦੇ ਵਿੱਚ ਅਗਰ ਇੱਕ ਫਿਕਰਾ ਵੀ ਉਹਨੇ ਬੋਲਿਆ ਨਾ ਉਹ ਵੇਖਣ ਵਾਲੇ ਨੂੰ ਪੂਰਾ ਕਰ ਦੇਗੀ ਜਿਸ ਲੜਕੀ ਨੇ ਇਸ ਤੋਂ ਬਾਅਦ ਮੈਨੂੰ ਚੌਂਕਾਇਆ ਉਹ ਅਮਾਇਮਾ ਮਲਿਕ ਹੈ ਦਾਰੂ ਨਤਨੀ ਦਾ ਰੋਲ ਬਹੁਤ ਮੁਸ਼ਕਿਲ ਸੀ ਮਾਰਾ ਤਾਂ ਇੱਕ ਮੁੱਖੋ ਜੱਟੀ ਦੇ ਕਾਰਨ ਹੀਰੋਇਨ ਦਾ ਰੋਲ ਸੀ ਨਾ ਲੇਕਿਨ ਉਹਦੇ ਬੜੇ ਸ਼ੇਡ ਸਨ ਦਾਰੂ ਨਤਨੀ ਦੇ ਔਰ ਮਾਇਰਾ ਖਾਨ ਆਪਣੇ ਅਮਾਇਮਾ ਮਲਿਕ ਨੇ ਹਰ ਸ਼ੇਡ ਨੂੰ ਬੜੀ ਅੱਛੀ ਤਰ੍ਹਾਂ ਨਿਭਾਇਆ ਮੇਰੇ ਮੁਕਾਲਮੇ ਉਹਨੇ ਬਹੁਤ ਅੱਛੀ ਤਰ੍ਹਾਂ ਬੋਲੇ ਬਹੁਤ ਹੀ ਗੱਲ ਆ ਇਸ ਕਹਾਣੀ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਜਿਹੜੀ 79 'ਚ ਕਹਾਣੀ ਲਿਖੀ ਮਾਲਾ ਜੱਟ ਦੀ ਅਤੇ ਇਹ ਕਹਾਣੀ ਇਹ 400 ਸਾਲ ਪੁਰਾਣਾ ਪੰਜਾਬ ਤੁਸੀਂ ਦਿਖਾਇਆ ਹੈ ਜਾਂ ਉਸ ਤੋਂ ਵੀ ਪੁਰਾਣਾ ਹੈ ਜਾਂ ਇਹ ਤਕਸੀਮ ਤੋਂ ਪਹਿਲੇ ਦਾ ਪੰਜਾਬ ਹੈ ਕਿਹੜਾ ਪੰਜਾਬ ਜਿਹੜਾ ਤੁਸੀਂ ਦਿਖਾਇਆ ਇਹ ਉਸ ਦੌਰ ਦੀ ਕਹਾਣੀ ਹੈ ਸਾਹਿਬ ਜੀ ਜਦੋਂ ਮੱਝ ਜੋਧੀ ਸੀ ਜਿਹਦੇ ਹੱਥ ਡਾਂਗ ਹੁੰਦੀ ਸੀ ਉੱਥੇ ਕਾਨੂੰਨ ਕੋਈ ਨਹੀਂ ਸੁਣਦਾ ਮਾਈਟ ਇਜ਼ ਰਾਈਟ ਸੀ ਜਿਹੜਾ ਤਾਕਤਵਰ ਹੈ ਉਹਨੇ ਹਰ ਇੱਕ ਨੂੰ ਅੱਗੇ ਲਾ ਲਿਆ ਉਹਨਾਂ ਦੀ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਫਸਲਾਂ ਵੀ ਖੋ ਲਈਆਂ ਕੁੜੀਆਂ ਵੀ ਚੁੱਕ ਲਈਆਂ ਜੋ ਦਿਲ ਕੀਤਾ ਕਰਦਾ ਲੇਕਿਨ ਜਿੱਥੇ ਅੱਗੇ ਕਿਸੇ ਨੇ ਰਜਿਸਟ ਕੀਤਾ ਤਾਂ ਉਹ ਮੌਲੇ ਜੱਟ ਨੇ ਉਸ ਸਿਸਟਮ ਦੇ ਖਿਲਾਫ ਖੜਾ ਹੋ ਗਿਆ ਉਹਨੇ ਕਿਹਾ ਨਹੀਂ ਮਾਈਟ ਇਜ਼ ਰਾਈਟ ਮੱਝ ਉਹਦੀ ਜਿਹਦੀ ਹੈ ਜ਼ਰੂਰੀ ਨਹੀਂ ਕਿ ਜਿਹਦੀ ਹੱਥ 'ਚ ਡਾਂਗ ਜਾਂਦੀ ਹੋਵੇ ਇਹ ਫਾਈਟ ਹੈ ਔਰ ਬੁਨਿਆਦੀ ਤੌਰ 'ਤੇ ਤੁਸੀਂ ਵੀ ਇਹਦੇ 'ਚ ਵੀ ਜਿਵੇਂ ਉਹਦੇ 'ਚ ਉਹ ਜਗੀਰਦਾਰਾ ਐਂ ਕਰਕੇ ਬੁਲਾਉਂਦਾ ਸੀ ਸੁਲਤਾਨ ਲਈ ਅਤੇ ਇਹਦੇ ਵਿੱਚ ਵੀ ਤੁਹਾਡੇ ਹੀਰੋ ਨੇ ਜ਼ਾਲਮ ਦਾ ਹੱਥ ਰੋਕਿਆ ਜੀ ਮੇਰੀ ਤਾਂ ਹਰ ਫਿਲਮ ਜਿਹੜੀ ਹੈ ਉਹ ਜ਼ੁਲਮ ਦੇ ਖਿਲਾਫ ਹਰ ਫਿਲਮ ਮੈਂ ਤਾਂ ਦੂਸਰੀ ਮੌਜੂਦ ਮੈਂ ਤਾਂ ਹਜ਼ੂਰ ਸੱਲਾਮ ਦੀ ਇੱਕ ਹਦੀਸ ਪੜ੍ਹੀ ਸੀ ਉਸੇ ਦੇ ਬਾਰੇ 'ਚ ਮੈਂ ਲਿਖਿਆ ਉਹਨੇ ਫਰਮਾਇਆ ਸੀ ਕਿ ਜ਼ੁਲਮ ਜਹਾਂ ਵੀ ਦੇਖੋ ਹੱਥ ਸੇ ਰੋਕੋ ਇਹ ਮਜ਼ਬੂਤ ਇਮਾਨ ਕੀ ਦਲੀਲ ਲਿਹਾਜ਼ਾ ਮੇਰਾ ਜਿਹੜਾ ਹੀਰੋ ਹੱਥ ਨਾਲ ਰੋਕਦਾ ਔਰ ਮੈਂ ਉਸਦੇ ਸਾਬਤ ਕਰਦਾ ਕਿ ਉਹਦੇ ਕੋਲ ਮਜ਼ਬੂਤ ਇਮਾਨ ਹੈ ਅਤੇ ਇਹ ਫਿਲਮ ਜਿਹੜੀ ਹੈ ਪੰਜਾਬੀ ਦਾ ਸਾਡਾ ਜਿਹੜਾ ਜੱਟ ਕਲਚਰ ਹੈ ਪੰਜਾਬ ਦਾ ਸਰਜ਼ਮੀਨ ਹੈ ਸਾਡੀ ਜਿਹੜੀ ਦਰਿਆਵਾਂ ਦੀ ਇਹਦੇ ਕਲਚਰ ਦੇ ਰਿਵਾਈਵਲ ਵਾਸਤੇ ਕਿੰਨੀ ਕੁ ਅਹਿਮ ਹੋਏਗੀ ਕਿੰਨਾ ਕੁ ਇਹਨਾਂ ਸਪੋਰਟ ਕਰ ਸਕੇਗੀ ਕਿ ਸਾਡਾ ਕਲਚਰ ਰਿਵਾਈਵ ਹੋਵੇ ਲੋਕ ਫਿਰ ਪੰਜਾਬੀ ਵੱਲ ਆਉਣ ਸਾਡਾ ਨਵਾਂ ਤਬਕਾ ਜਿਹੜਾ ਅੰਗਰੇਜ਼ੀ ਪੜ੍ਹਦਾ ਪਿਆ ਉਹ ਵੀ ਪੰਜਾਬੀ ਨੂੰ ਸਮਝਣ ਦੀ ਕੋਸ਼ਿਸ਼ ਕਰੇ ਵਾਰਿਸ ਸ਼ਾਹ ਨੂੰ ਪੜ੍ਹੇ ਬੁੱਲੇ ਸ਼ਾਹ ਨੂੰ ਪੜ੍ਹੇ ਕਿਆ ਇਹ ਪੰਜਾਬੀ ਕਲਚਰ ਰਿਵਾਈਵਲ ਵਾਸਤੇ ਕੁਝ ਕਰ ਸਕੇਗੀ ਫਿਲਮ ਇਹ ਸਾਡੀ ਦੇਖਿਓ ਜੀ ਪੰਜਾਬੀ ਜ਼ੁਬਾਨ ਦੇ ਵਿੱਚ ਇਸ ਦਾ ਸਭ ਤੋਂ ਵੱਡਾ ਕਰੈਕਟਰਿਵ ਹੈ ਕਿ ਇੰਨੀ ਮਹਿੰਗੀ ਔਰ ਇੰਨੇ ਵੈਰੀਏਸ਼ਨ ਦੇ ਨਾਲ ਅੱਜ ਤੱਕ ਪਾਕਿਸਤਾਨ 'ਚ ਕੋਈ ਫਿਲਮ ਨਹੀਂ ਬਣੀ ਈਵਨ ਇੰਡੀਆ ਵਿੱਚ ਵੀ ਜਿਹੜੇ ਸਿੱਖ ਬਣਾਉਂਦੇ ਨੇ ਹਾਲਾਂਕਿ ਉਹਨਾਂ ਦੇ ਕੋਲ ਸਪਾਂਸਰ ਵੀ ਹੁੰਦੇ ਨੇ ਕੈਨੇਡਾ ਦੇ ਜੇ ਵੋ ਫਲਾਂ ਉਹਨਾਂ ਦੀ ਫਿਲਮ ਜਿਹੜੀਆਂ 2-3 ਕਰੋੜ ਤੋਂ ਉੱਤੇ ਨਹੀਂ ਜਾਣੀਆਂ ਇਹ ਜਿਹੜੀ ਫਿਲਮ ਹੈ ਇਸ ਨੇ ਪੰਜਾਬੀ ਮਿੱਟੀ ਨੂੰ ਡਾਇਰੈਕਟਰ ਨੇ ਔਰ ਮੈਂ ਪੰਜਾਬੀ ਮਿੱਟੀ ਨੂੰ ਸੈਂਟਰ ਕੀਤਾ ਕਿ ਇਹ ਜਿਸ ਮਿੱਟੀ ਦੇ ਲੋਕ ਨੇ ਨਾ ਉਸ ਮਿੱਟੀ ਦੀ ਕੀ ਖਾਸੀਅਤ ਉਹ ਅੱਕੜ ਹੈ ਉਹ ਖਰ ਦਿਮਾਗ ਹੈ ਉਹ ਬਦਤਮੀਜ਼ ਵੀ ਹੈ ਉਹ ਜ਼ਾਲਮ ਵੀ ਹੈ ਲੇਕਿਨ ਉਸੇ ਮਿੱਟੀ ਦੇ ਵਿੱਚ ਉਹ ਲੋਕ ਵੀ ਨੇ ਜਿਹੜੇ ਧੀਮੇ ਵੀ ਨੇ ਜਿਹੜੇ ਜ਼ੁਲਮ ਦੇ ਸਾਹਮਣੇ ਕੰਧ ਬਣ ਜਾਂਦੇ ਨੇ ਜਿਹੜੇ ਲੜਨਾ ਵੀ ਜਾਣਦੇ ਨੇ ਅਤੇ ਮਰਨਾ ਵੀ ਜਾਣਦੇ ਜੀ ਬਹੁਤ ਸ਼ੁਕਰੀਆ ਨਾਸਰਦੀਪ ਸਾਹਿਬ ਸੱਜਣੋ ਬੇਲੀਓ ਅਤੇ ਮਿੱਤਰੋ ਅੱਜ ਤੁਹਾਨੂੰ ਇੰਟਰਵਿਊ ਨਾਸਰਦੀਪ ਸਾਹਿਬ ਨਾਲ ਬਹੁਤ ਪਸੰਦ ਆਏਗਾ ਉਮੀਦ ਹੈ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਇਸੇ ਤਰ੍ਹਾਂ ਦੇ ਮਜ਼ੇਦਾਰ ਵੀਡੀਓ ਦੇਖਣੀਆਂ ਨੇ ਸਾਡੇ ਨਾਲ ਰਿਹਾ ਕਰੋ ਅਗਲੀ ਆਉਣ ਵਾਲੀ ਵੀਡੀਓ ਦਾ ਇੰਤਜ਼ਾਰ ਕਰੋ ਅਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਸ਼ੁਕਰੀਆ ਅਤੇ ਬਹੁਤ ਮਿਹਰਬਾਨੀ